ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਫਿਰ ਪਹਿਲੀ ਸੱਚੀ ਗੱਲ ਹਾਂ ਬੇਟਾ ਨਵਉਦਿਆ ਦਾਖਲਾ ਪ੍ਰੀਖਿਆ ਤਿਆਰੀ ਦਿਨ ਆਪਾਂ ਬੇਟਾ ਮੋਕ ਟੈਸਟ R529 ਦੇ 13 ਨੰਬਰ ਸਵਾਲ ਤੇ ਆ ਗਏ ਤੁਹਾਨੂੰ ਦੱਸਿਆ ਸੀ ਪੁੱਤ ਇਹ ਤੀਜਾ ਭਾਗ ਹੈਗਾ ਹਰ ਭਾਗ ਦੇ ਵਿੱਚ ਪਹਿਲਾਂ ਉਹਨਾਂ ਨੇ ਆਹ ਦੱਸਿਆ ਹੁੰਦਾ ਦਿਸ਼ਾ ਨਿਰਦੇਸ਼ ਦਿੱਤੇ ਹੁੰਦੇ ਇਹ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਕੀ ਦੱਸਿਆ ਹੋਇਆ ਬੇਟਾ ਕਹਿੰਦਾ ਵੀ ਇੱਕ ਪ੍ਰਸ਼ਨ ਚਿੱਤਰ ਹੈ ਉੱਪਰ ਪ੍ਰਸ਼ਨ ਚਿੱਤਰ ਦਿੱਤਾ ਥੱਲੇ ਉੱਤਰ ਚਿੱਤਰ ਹੈ ਕਹਿੰਦਾ ਆ ਤਿੰਨੇ ਜਿਹੜੇ ਹੈਗੇ ਆ ਚਿੱਤਰ ਇੱਕ ਲੜੀ ਦੇ ਵਿੱਚ ਐ ਐਸੀ ਲੜੀ ਤੈ ਤਾਂ ਚੌਥਾ ਚਿੱਤਰ ਇੱਥੇ ਕੀ ਬਣੂਗਾ ਠੀਕ ਆ ਆ ਉੱਤਰ ਕਿਰਤੀਆਂ ਇਹਦੇ ਵਿੱਚੋਂ ਚੁਣ ਕੇ ਅਸੀਂ ਆ ਲੜੀ ਨੂੰ ਪੂਰੀ ਕਰਕੇ ਚੌਥਾ ਖਾਨਾ ਭਰਨਾ ਹੁੰਦਾ ਠੀਕ ਆ ਬੇਟਾ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਅਸੀਂ ਚਿੱਤਰਾਂ ਨੂੰ ਸਟੱਡੀ ਕਰਦੇ ਆ ਜਦੋਂ ਅਸੀਂ ਸਟੱਡੀ ਕਰਦੇ ਆ ਬੇਟਾ ਤਾਂ 13 ਨੰਬਰ ਦੇ ਵਿੱਚ ਦੇਖੋ 1 2 3 4 5 5 ਜਿਹੜੀਆਂ ਜੀਰੂਆਂ ਆਪਸ ਵਿੱਚ ਜੁੜੀਆਂ ਹੋਈਆਂ ਖੱਬੇ ਹੱਥ ਇੱਕ ਬਲੈਕ ਇਹ ਇੱਥਲੇ ਪਾਸੇ ਜਿਹੜੀ ਇੱਕ ਬਲੈਕ 0 ਆ ਠੀਕ ਹੈ ਉਦੋਂ ਅਗਲੇ ਸਟੈਪ ਦੇ ਵਿੱਚ 0ਾਂ 4 ਰਹਿ ਗਈਆਂ ਤੇ ਥੱਲੇ 2 ਆ ਗਈਆਂ ਬਲੈਕ ਦੂਜੀ ਬਲੈਕ ਹੋ ਗਈ ਇਹ ਅਲੱਗ-ਅਲੱਗ ਹੋ ਰਹੀਆਂ ਉਦੋਂ ਅਗਲੇ ਸਟੈਪ ਚ ਇੱਥੇ 3 ਰਹਿ ਗਈਆਂ ਇੱਥੇ ਵੀ 3 ਹੋ ਗਈਆਂ ਇਹਦੂ ਅਗਲੇ ਸਟੈਪ ਚ ਬੇਟਾ ਇੱਥੇ 2 ਰਹਿ ਜਾਣਗੀਆਂ ਇੱਥੇ 4 ਜਿਹੜੀਆਂ ਹੈਗੀਆਂ ਬਲੈਕ ਆ ਜਾਣਗੀਆਂ ਠੀਕ ਹੈ ਬੇਟਾ ਤਾਂ ਇਹਦੇ ਵਿੱਚ ਬੇਟਾ ਇੱਥੇ 2 ਰਹਿ ਜਾਣਗੀਆਂ ਤਾਂ ਆ ਦੋ ਤੇ ਇੱਥੇ ਤਿੰਨ ਆ ਪਰ ਚਾਰ ਚਾਹੀਦੀਆਂ ਥੱਲੇ ਆ ਦੇਖੋ ਇੱਥੇ ਦੋ ਆ ਗਈਆਂ ਤੇ ਥੱਲੇ ਚਾਰ ਹੋ ਗਈਆਂ ਤਾਂ ਟੋਟਲ 6 ਹੀ ਰਹੀਆਂ ਠੀਕ ਹੈ ਤਾਂ D1 ਆ ਜਿਹੜਾ ਸਾਡਾ ਰਾਈਟ ਆਨਸਰ ਬਣੂਗਾ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਸਵਾਲ ਨੰਬਰ 14 ਦੇ ਵਿੱਚ ਦੇਖੋ ਬੇਟਾ ਹਾਂ ਆ ਬੇਟਾ ਕੋਣ ਬਣਿਆ ਹੋਇਆ ਇੱਕ 90 ਡਿਗਰੀ ਦਾ ਠੀਕ ਹੈ 90 ਡਿਗਰੀ ਤੋਂ ਬਾਅਦ ਇਹ ਕੋਣ ਬੇਟਾ 45 ਡਿਗਰੀ ਹੋਰ ਵੱਧ ਗਿਆ ਦੇਖੋ ਵਿਚਾਲੇ ਹੈ ਨਾ 90 ਤੇ 45 135 ਡਿਗਰੀ ਦਾ ਹੋ ਗਿਆ ਲਗਭਗ ਪਹਿਲਾਂ ਇੱਥੇ ਸੀ ਉਸ ਤੋਂ ਬਾਅਦ ਵਿੱਚ 45 ਡਿਗਰੀ ਹੋਰ ਵੱਧ ਗਿਆ ਇਹ ਸਿੱਧੀ ਰੇਖਾ ਦੇ ਉੱਤੇ ਆ ਗਿਆ 180 ਡਿਗਰੀ ਬਣ ਗਿਆ 90 ਤੋਂ 135 45 ਹੋਰ 45 ਹੋਰ ਵਧਿਆ 180 ਡਿਗਰੀ ਹੁਣ ਬੇਟਾ ਇਹ 45 ਡਿਗਰੀ ਹੋਰ ਵੱਧ ਜਾਊਗਾ ਇੱਧਰ ਨੂੰ ਆ ਜਾਊਗਾ ਤੇ ਇਹ ਬੇਟਾ ਜਿਹੜਾ ਹੈਗਾ 280 ਤੇ 80 ਤੇ 45 225 ਡਿਗਰੀ ਦਾ ਕੋਣ ਬਣ ਜਾਊਗਾ ਇਹਦੇ ਵਿੱਚ ਬੇਟਾ ਕੇਵਲ ਅਤੇ ਕੇਵਲ A1 ਹੀ ਆਲਟਰਨੇਟਿਵ ਆਨਸਰ ਆ ਕੋਣ 45 45 ਡਿਗਰੀ ਵਧਾਉਂਦਾ ਪਿਆ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਸਵਾਲ ਨੰਬਰ 15 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆ ਕ੍ਰੋਸ ਦਾ ਨਿਸ਼ਾਨਾ ਇਧਰਲੇ ਪਾਸੇ ਹੈ ਰੋ ਦਾ ਨਿਸ਼ਾਨਾ ਆ 에ਰੋ ਇਧਰ ਨੂੰ ਪਲਟ ਜਾਂਦਾ ਹੈ ਠੀਕ ਹੈ ਬੇਟਾ ਇਧਰ ਨੂੰ ਪਲਟ ਕੇ 에ਰੋ ਉੱਪਰ ਚਲਾ ਜਾਂਦਾ ਹੈ ਠੀਕ ਹੈ ਤੇ ਆ ਜਿਹੜੇ ਆਹਾ ਪੁਆਇੰਟ ਆ ਥੱਲੇ ਨੂੰ ਆ ਜਾਂਦਾ ਹੈ ਗੱਲ ਸਮਝ ਲੱਗ ਗਈ ਬੇਟਾ ਆ ਚੀਜ਼ ਇਦਾਂ ਹੀ ਰਹਿੰਦੀ ਹੈ ਤੇ ਆ 에ਰੋ ਇਧਰ ਨੂੰ ਚਲਾ ਗਿਆ ਠੀਕ ਹੈ ਹੁਣ ਬੇਟਾ ਇਦੂ ਅਗਲੇ ਸਟੈਪ ਦੇ ਵਿੱਚ ਕੀ ਹੋਊਗਾ ਤਾਂ ਬੇਟਾ ਜਦੋਂ ਦੋ ਧਿਆਨ ਅਬਜ਼ਰਵ ਕਰਦੇ ਆ ਆ ਜਿਹੜਾ ਹੇਠਲਾ ਹੇਠਲੀ ਰੇਖਾ ਹੈਗੀ ਹੈ 180 ਡਿਗਰੀ ਦੇ ਉੱਤੇ ਘੁੰਮਦੀ ਪਈ ਹੈ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਬੇਟਾ ਜੇ ਤੀਜੇ ਦਾ ਚੌਥੇ ਨਾਲ ਤਾਂ ਆ ਜਿਹੜੀ ਹੇਠਲੀ ਰੇਖਾ ਹੈਗੀ ਹੈ ਇਹ 180 ਡਿਗਰੀ ਦੇ ਉੱਤੇ ਘੁਮਾ ਦੇਵਾਂਗੇ 180 ਡਿਗਰੀ ਤੇ ਘੁਮਾ ਕੇ ਐਰੋਂ ਇਦਾਂ ਹੀ ਰਹਿ ਜਾਊਗਾ ਆਹਾਂ ਪੁਆਇੰਟ ਹੈ ਜਿਹੜਾ ਬੇਟਾ ਇੱਧਰ ਨੂੰ ਆ ਜਾਊਗਾ ਤਾਂ B1 ਆ ਬੇਟਾ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਠੀਕ ਹੈ ਉੱਪਰ ਵਾਲੀ ਰੇਖਾ ਦੇ ਵਿੱਚ ਕੋਈ ਪਰਵਰਤਨ ਆ ਜਿਹੜਾ ਉਹ ਨਹੀਂ ਹੁੰਦਾ ਬਸ ਇਸ ਲਈ ਰੇਖਾ 180 ਡਿਗਰੀ ਤੇ ਘੁੰਮ ਜਾਂਦੀ ਹੈ ਇਹਦੇ ਵਿੱਚ ਬੇਟਾ ਕਿਸੇ ਵੇਲੇ ਸਾਰੀ ਲੜੀ ਬਣਦੀ ਹੁੰਦੀ ਕਿਸੇ ਵੇਲੇ ਪਹਿਲਾ ਦੂਜਾ ਤੀਜੇ ਤੇ ਚੌਥੇ ਦਾ ਸਬੰਧ ਹੁੰਦਾ ਹੈ ਤਾਂ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਸਵਾਲ ਨੰਬਰ 16 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਆ ਚੱਕਰ ਬਣਿਆ ਤੇ ਅੰਦਰ ਵਰਗ ਹੈ ਵਰਗ ਦੇ ਕੋਰਨਰ ਦੇ ਉੱਤੇ ਆਹ ਜਿਹੜੀ ਹੈ ਦੇ ਆਖ ਅੱਖ ਕਹਿ ਲੋ ਜਾਂ 0 ਬਲੈਕ 0 ਜਿਹੜੀ ਲਾਈ ਹੋਈ ਹੈ ਅਗਲੇ ਸਟੈਪ ਦੇ ਵਿੱਚ ਅੰਦਰਲੀ ਇਕਾਤੀ ਬਾਹਰ ਚਲੀ ਜਾਂਦੀ ਹੈ ਔਰ ਇਹ ਜਿਹੜਾ ਐਂਟੀ ਕਲॉकवाइज 90 ਡਿਗਰੀ ਤੇ ਘੁੰਮ ਜਾਂਦਾ ਹੈ ਬਾਹਰਲੇ ਪਾਸੇ ਨੂੰ ਹੋ ਜਾਂਦਾ ਹੈ ਠੀਕ ਹੈ ਬੇਟਾ ਅੰਦਰੋਂ ਬਾਹਰਲੇ ਪਾਸੇ ਨੂੰ ਹੋ ਜਾਂਦਾ ਹੈ ਇਹਦੇ ਵਿੱਚ ਵੀ ਬੇਟਾ ਇਸੇ ਤਰ੍ਹਾਂ ਹੀ ਚੱਕਰ ਹੁਣ ਅੰਦਰਲੇ ਪਾਸੇ ਆਜੂ ਵਰਗ ਬਾਹਰਲੇ ਪਾਸੇ ਚਲ ਜੂਗਾ ਤੇ ਆ ਜਿਹੜੀ ਡਾਟ ਹੈਗੀ ਆ ਵਰਗ ਦੇ ਕਾਰਨਰ ਦੇ ਉੱਤੇ ਇੱਥੇ ਆ ਜਾਊਗੀ। ਗੱਲ ਸਮਝ ਲੱਗ ਗਈ ਚੱਕਰ ਅੰਦਰ ਆਜੂਗਾ ਤਾਂ ਬੇਟਾ ਇਹਦੇ ਵਿੱਚ ਜਿਹੜਾ ਹੈਗਾ ਆ A1 ਸਾਡਾ ਰਾਈਟ ਆਨਸਰ ਬਣ ਜੂਗਾ। ਦੇਖੋ ਵਰਗ ਬਾਹਰਲੇ ਪਾਸੇ ਨੂੰ ਆ ਗਿਆ ਚੱਕਰ ਅੰਦਰ ਚਲਾ ਗਿਆ। ਠੀਕ ਹੈ ਵਰਗ ਬਾਹਰ ਆ ਗਿਆ। ਚੱਕਰ ਤੇ ਆ ਵਰਗ ਦੇ ਕਾਰਨਰ ਦੇ ਉੱਤੇ ਚੱਕਰ ਦੇ ਬਾਹਰਲੇ ਪਾਸੇ ਆਹ ਜਿਹੜੀ ਡਾਟ ਹੈ ਚਲੀ ਗਈ ਬਲੈਕ ਡਾਟ ਸੀ ਜਿਹੜੀ। ਤਾਂ ਇਸ ਕਰਕੇ ਬੇਟਾ ਇਹ ਏ ਵਨ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਆ ਗਿਆ ਸਵਾਲ ਨੰਬਰ 17 ਇਹ ਵੀ ਬੇਟਾ ਉੱਪਰਲੇ ਦੇ ਨਾਲ ਰਲਦੇ ਮਿਲਦੇ ਸਵਾਲ ਹੈਗੇ ਆ ਕਹਿੰਦਾ ਜੋ ਪਹਿਲੇ ਦਾ ਦੂਜੇ ਨਾਲ ਸਬੰਧ ਬਣਦਾ ਪਿਆ ਉਹੀ ਤੀਜੇ ਦਾ ਚੌਥੇ ਦੇ ਨਾਲ ਸਬੰਧ ਹੈ ਜਿਹੜਾ ਅਸੀਂ ਬਣਾਉਣਾ ਹੈ ਠੀਕ ਹੈ ਬੇਟਾ ਇਹ ਦੇ ਵਿੱਚ ਬੇਟਾ ਵਰਗ ਹੈ ਇੱਕ ਤ੍ਰਿਕੋਣ ਹੈਗੀ ਹੈ ਤ੍ਰਿਕੋਣ ਤੋਂ ਬਾਅਦ ਦੇ ਵਿੱਚ ਅੰਦਰਲੇ ਪਾਸੇ ਕੀ ਹੈ ਤਿੰਨ ਰੇਖਾਵਾਂ ਸੈਂਟਰ ਚੋਂ ਨਿਕਲ ਕੇ ਉਹਦੀਆਂ ਸਾਈਡਾਂ ਤੇ ਡਾਟ ਲਗਾ ਦਿੱਤੇਗੇ ਹਰ ਕਾਰਨਰ ਨੂੰ ਸੈਂਟਰ ਚੋਂ ਰੇਖਾ ਕੱਢ ਦਿੱਤੀ ਗਈ ਇਸੇ ਤਰ੍ਹਾਂ ਹੀ ਬੇਟਾ ਇਹ ਚਤ੍ਰਪੁੱਜ ਹੈ ਇਹਦੇ ਵੀ ਸੈਂਟਰ ਦੇ ਵਿੱਚੋਂ ਹਰ ਕਾਰਨਰ ਨੂੰ ਇੱਕ ਰੇਖਾ ਕੱਢ ਦਿੱਤੀ ਜਾਊ ਰੇਖਾ ਦੇ ਅਖੀਰ ਤੇ ਡਾਟ ਲਗਾ ਦਿੱਤੇ ਜਾਣਗੇ ਠੀਕ ਹੈ ਤਾਂ ਇਹ ਆਹਾ ਕਰਤੀ ਇਦਾਂ ਹੀ ਰਹੂਗੀ ਇਹਨੂੰ ਜਿਹੜਾ ਹੈਗਾ ਨਹੀਂ ਛੀੜਿਆ ਜਾਊਗਾ ਠੀਕ ਹੈ ਬੇਟਾ ਤੇ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਆ ਤਾਂ ਬੇਟਾ ਆ ਦੇਖੋ ਆ A1 ਅਕਿਰਤੀ ਇਹਦੇ ਅੰਦਰਲੇ ਪਾਸੇ ਸੈਂਟਰ ਚੋਂ ਹਰ ਕੋਰਨਰ ਤੇ ਇੱਕ ਰੇਖਾ ਕੱਢ ਕੇ ਉਹਦੇ ਲਾਸ ਤੇ ਡਾਟ ਲਗਾ ਦਿੱਤੇ ਗਏ ਤਾਂ A1 ਆ ਜਿਹੜਾ ਬੇਟਾ ਸਾਡਾ ਰਾਈਟ ਆਨਸਰ ਬਣ ਜਾਊਗਾ A1 ਨੂੰ ਐਸ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਹਾਂ ਬੇਟਾ ਤਾਂ ਹੁਣ ਸਵਾਲ ਨੰਬਰ 18 ਤੇ ਪਹੁੰਚ ਗਏ ਸਵਾਲ ਨੰਬਰ 18 ਨੂੰ ਧਿਆਨ ਨਾਲ ਦੇਖੋ ਆ ਬੇਟਾ ਅਕਿਰਤੀ ਬਣੀ ਹੋਈ ਆ ਇੱਥੇ ਇੱਕ ਟ੍ਰਾਇੰਗਲ ਆ ਉੱਪਰਲੇ ਪਾਸੇ ਦੋ ਵਰਗ ਆ ਅਗਲੇ ਸਟੈਪ ਦੇ ਵਿੱਚ ਕੀ ਹੁੰਦਾ ਬੇਟਾ ਕਾਰਨਰ ਵਾਲੇ ਵਰਗ ਥੱਲੇ ਆ ਜਾਂਦੇ ਆ ਟ੍ਰਾਇੰਗਲ ਦਾ ਜਿਹੜਾ ਮੂੰਹ ਆ ਉਹ ਥੱਲੇ ਨੂੰ ਹੋ ਜਾਂਦਾ ਨੋਬੋ ਵਾਲਾ ਪਾਸਾ ਤੇ ਉਹਨੂੰ ਵੀ ਡਾਰਕ ਕਰ ਦਿੰਦਾ ਆ ਠੀਕ ਆ ਬੇਟਾ ਇਸੇ ਤਰ੍ਹਾਂ ਹੀ ਬੇਟਾ ਆਹਾ ਜਿਹੜੀ ਆ ਟ੍ਰਾਇੰਗਲ ਬਣੀ ਹੋਈ ਆ ਠੀਕ ਐ ਇਹਦੇ ਵਿੱਚ ਉੱਤੇ ਕੁਝ ਨਹੀਂ ਹੈਗਾ ਇਹਦੇ ਵਿੱਚ ਕੀ ਹੋਊਗਾ ਬੇਟਾ ਦੀ ਪਲਟਦੀ ਆ ਸਾਰੀ ਦੀ ਸਾਰੀ ਹੈਨਾ ਉਲਟੀ ਹੋ ਜਾਂਦੀ ਆ ਆ ਬੇਟਾ ਜਿਵੇਂ ਸੀ ਓਵੇਂ ਹੀ ਉਲਟੇ ਹੋਗੇ ਇਹ ਦਾ ਡਾਰਕ ਹੀ ਸੀ ਫਿਰ ਲਈ ਆ ਉੱਪਰਲੀ ਇਹ ਘਿਰਤੀ ਆ ਜਿਹੜੀ ਇਹ ਇਦਾਂ ਹੀ ਪਲਟ ਜੂਗੀ ਪਰ ਸੈਂਟਰ ਵਾਲੀ ਅਕਿਰਤੀ ਹੈ ਜਿਹੜੀ ਇਹ ਡਾਰਕ ਹੋ ਜੂਗੀ ਤਾਂ ਬੇਟਾ ਆ ਧਿਆਨ ਦੇ ਨਾਲ ਦੇਖੋ ਆ ਸੀ 1 ਹੈ ਜਿਹੜਾ ਸਾਡਾ ਰਾਈਟ ਆਨਸਰ ਬਣੂਗਾ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਸਵਾਲ ਨੰਬਰ 19 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਬੇਟਾ ਅਸੀਂ ਧਿਆਨ ਦੇ ਨਾਲ ਅਕਿਰਤੀ ਦੇਖਦੇ ਹਾਂ ਆ ਬੇਟਾ ਇੱਕ ਟ੍ਰਾਇੰਗਲ ਬਣੀ ਹੋਈ ਸਮਕੋਣੀ ਸਤਕੋਣ ਬਣੀ ਹੋਈ ਹੈ ਤੇ ਆ ਇਧਰਲੇ ਪਾਸੇ ਇੱਕ ਅਕਿਰਤੀ ਬਣੀ ਹੋਈ ਹੈ ਠੀਕ ਹੈ ਇਦੇ ਵਿੱਚ ਸੈਂਟਰ ਦੇ ਵਿੱਚ ਆ ਡਾਰਕ ਆ ਉਹਦੇ ਵਿੱਚ ਆਹ ਕਰਤੀ ਤਾਂ ਸੀਮੀ ਰਹਿੰਦੀ ਆ ਆਹ ਕਰਤੀ ਆ ਜਿਹੜੀ ਐਸ ਪਾਸੇ ਨੂੰ ਪਲਟ ਜਾਂਦੀ ਆ ਜਾਂ ਕਹਿ ਲਓ ਮਿਰਰ ਇਮੇਜ ਲੈ ਆ ਜਾਂਦੀ ਆ ਠੀਕ ਹੈ ਬੇਟਾ ਆਹ ਕਰਤੀ ਚੇਂਜ ਨਹੀਂ ਹੁੰਦੀ ਸਿਮੀਲਰਲੀ ਬੇਟਾ ਆਹ ਵੀ ਇੱਕ ਕਰਤੀ ਆ ਜਿਹੜੀ ਇਧਰੋਂ ਇੰਜ ਨੂੰ ਮਿਰਰ ਇਮੇਜ ਲੈ ਆ ਜਾਊਗੀ ਪਰ ਆਹ ਕਰਤੀ ਆ ਜਿਹੜੀ ਇਹ ਨਹੀਂ ਪਲਟੂਗੀ ਠੀਕ ਹੈ ਬੇਟਾ ਤਾਂ ਆ ਕਿਰਤੀ ਬਸ ਇੰਨੇ ਇਧਰੋਂ ਇਧਰ ਹੋ ਜਾਣਾ ਤੇ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਆ A1 ਆ ਕਿਰਤੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਹਾਂ ਬੇਟਾ ਤਾਂ ਅੱਗੇ ਆਗੇ ਆਪਾਂ ਸਵਾਲ ਨੰਬਰ 20 ਦੇ ਉੱਤੇ ਸਵਾਲ ਨੰਬਰ 20 ਦੇ ਉੱਤੇ ਆ ਦੇਖੋ ਬੇਟਾ ਆ ਕਿਰਤੀ ਹੈ ਇਧਰਲੇ ਪਾਸੇ ਫਿਰ ਇਹਦੇ ਪੈਰਲਲ ਆਹ ਆ ਕਿਰਤੀ ਬਣ ਜਾਂਦੀ ਹੈ ਇਹ ਬੇਟਾ ਜਦੋਂ ਅਸੀਂ ਧਿਆਨ ਨਾਲ ਆਬਜ਼ਰਵ ਕਰਦੇ ਹਾਂ ਤਾਂ 180 ਡਿਗਰੀ ਦੇ ਉੱਤੇ ਘੁੰਮ ਰਹੀ ਹੈ ਇਹ ਕਿਰਤੀ ਮਿਰਰ ਇਮੇਜ ਬਣ ਰਹੀ ਹੈ ਇਧਰਲੇ ਪਾਸੇ ਠੀਕ ਹੈ ਬੇਟਾ ਤਾਂ ਮਿਰਰ ਇਮੇਜ ਬੇਟਾ ਆਪਾਂ ਅੱਗੇ ਵੀ ਸਵਾਲ ਕੀਤੇ ਆ ਦੇਖੋ ਆਹਾ ਆਹਾ ਕਿਰਤੀ ਬਣਦੀ ਪਈ ਹੈ ਮਿਰਰ ਇਮੇਜ ਆਹੀ ਹੈ ਨਾ ਆਹੀ ਕਿਰਤੀ ਦਿਖ ਰਹੀ ਹੈ ਕੱਬੇ ਹੱਥ ਆ ਦੇਖੋ ਇਹਦੇ ਨਾਲ ਦੀ ਕਿਰਤੀ ਹੈ ਇਹਨੂੰ ਬੇਟਾ ਜਦੋਂ ਅਸੀਂ ਇਸ ਲੋਟ ਪਲਟ ਦਿੰਨੇ ਹ 180 ਡਿਗਰੀ ਦੇ ਤਾਂ ਆਹਾ ਸ਼ਵੀ ਬਣ ਜਾਂਦੀ ਦੇਖੋ ਆਹੀ ਬਣਦੀ ਪਈ ਹੈ ਠੀਕ ਹੈ ਬੇਟਾ ਤਾਂ ਆ ਜਿਹੜੀ ਮਿਰਰ ਇਮੇਜ ਹੈ 180 ਡਿਗਰੀ ਤੇ ਬਦਲਦੀ ਪਈ ਹੈ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਬੇਟਾ ਆ ਜਿਹੜਾ ਤੀਜੀ ਦਾ ਸਬੰਧ ਹੈ ਇਹ ਵੀ ਮਿਰਰ ਇਮੇਜ ਵਾਂਗੂ ਪਲਟ ਜਾਊਗਾ ਤਾਂ ਇਹਦੀ ਮਿਰਰ ਇਮੇਜ ਜਿਹੜੀ ਉਹ ਕਿਸ ਤਰ੍ਹਾਂ ਦੀ ਬਣੂਗੀ ਬੇਟਾ ਇਹ ਬੇਟਾ ਤੁਸੀਂ ਆਪਣਾ ਦਿਮਾਗ ਦੇ ਨਾਲ ਸੋਚ ਲੈਣਾ 180 ਡਿਗਰੀ ਤੇ ਪਲਟ ਕੇ ਇਹ ਕਿੱਦਾਂ ਦੀ ਬਣੂਗੀ ਜੇਕਰ ਬੇਟਾ 180 ਡਿਗਰੀ ਤੇ ਪਲਟਣਾ ਨਹੀਂ ਆਉਂਦਾ ਫਿਰ ਤੁਸੀਂ ਬੇਟਾ ਆਹੀ ਫਾਰਮੂਲਾ ਆ ਦੇਖੋ ਬੇਟਾ ਆਹੀ ਕਿਰਤੀ ਬਣੀ ਹੋਈ ਹੈ ਠੀਕ ਹੈ ਤਾਂ ਹੁਣ ਇੱਥੇ ਚੌਥੇ ਹੱਥ ਕਿਹੜੀ ਏ ਦੀ ਮਿਰਰ ਇਮੇਜ ਇੱਥੇ ਆਊਗੀ ਠੀਕ ਹੈ ਜਦੋਂ ਇਹਨੂੰ ਅਸੀਂ ਇਸ ਤਰ੍ਹਾਂ ਮਿਰਰ ਇਮੇਜ ਵਾਂਗੂ ਪਲਟਦੇ ਆ ਤਾਂ ਆਹਾ ਕੀਰਤੀ ਅਸੀਂ ਦੇਖਾਂਗੇ ਕਿੱਥੇ ਬਣਦੀ ਪਈ ਹੈ ਤਾਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰੋ ਤਾਂ ਦੇਖੋ B1 ਕੀਰਤੀ ਇਹਦੇ ਨਾਲ ਮਿਲਦੀ ਪਈ ਹੈ ਬਿਲਕੁਲ ਹੀ ਠੀਕ ਹੈ ਬੇਟਾ 180 ਡਿਗਰੀ ਤੇ ਪਲਟ ਕੇ ਤਾਂ ਇਹ B1 ਕੀਰਤੀ ਹੈ ਜਿਹੜੀ ਸਾਡਾ ਰਾਈਟ ਆਨਸਰ ਬਣ ਜਾਊਗੀ B1 ਨੂੰ ਅਸੀਂ A ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ A ਸੀਗਾ ਇਹਦਾ ਸਵਾਲ ਨੰਬਰ B ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ